ਸਮਾਗਮ ਤੇ ਆਏ ਹੋ ਕੀ ਕਹਿਣਾ ਚਾਹੋਗੇ ਤੁਸੀਂ ਜੀ ਇੱਕ ਸਾਲ ਹੋ ਗਿਆ ਬਰਸੀ ਤੇ ਆਏ ਹਾਂ ਇਨਸਾਫ ਦੀ ਮੰਗ ਹੋ ਰਹੀ ਹੈ ਹਰ ਇੱਕ ਬੰਦਾ ਇਨਸਾਫ ਚਾਹੁੰਦਾ ਜਿਹੜਾ ਉਹਦਾ ਫੈਨ ਸੀਗਾ ਸ਼ੁਭਦੀਪ ਦਾ ਤੇ ਜੋ ਜਿਹਨੇ ਉਦੋਂ ਨਹੀਂ ਵੀ ਸੁਣਿਆ ਸੀ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਬਹੁਤ ਲੋਕ ਕਨੈਕਟ ਹੋ ਗਏ ਨੇ ਉਹ ਸ਼ਖਸੀਅਤ ਕੀ ਸੀਗੀ ਉਹਦੇ ਜਾਣ ਤੋਂ ਬਾਅਦ ਸਾਰਿਆਂ ਨੂੰ ਚਾਨਣਾ ਹੋਇਆ ਕਿ ਉਹ ਸ਼ਖਸੀਅਤ ਕੀ ਸੀਗੀ ਔਰ ਉਹ ਕੀ ਕਰ ਸਕਦਾ ਸੀਗਾ ਸੋ ਬਹੁਤ ਵੱਡਾ ਲੋਸ ਹੈਗਾ ਉਹਦੇ ਇਨਸਾਫ ਦੀ ਮੰਗ ਲਈ ਆ ਸਾਰੇ ਇਕੱਠੇ ਹੋਏ ਤਕਰੀਬਨ ਸਾਲ ਦੇ ਕਰੀਬ ਹੋ ਚੱਲਿਆ ਪਰ ਫਿਰ ਵੀ ਜਿਹੜਾ ਪਰਿਵਾਰ ਹੈਗਾ ਕਦੀ ਸੜਕਾਂ ਤੇ ਬੈਠ ਰਿਹਾ ਕਦੀ ਕਿਤੇ ਗੁਹਾਰ ਲਗਾ ਇਹਦੇ ਬਾਰੇ ਹੁਣ ਕੀ ਗਈ ਹੈ ਮਾੜੇ ਸਿਸਟਮ ਦੀ ਨਿਸ਼ਾਨੀ ਹੈ ਜੀ ਹੋਰ ਤਾਂ ਕੁਛ ਨਹੀਂ ਹੋਲੋਗ੍ਰਾਮ ਮਾਤਾ ਹੁਣਾਂ ਵੱਲੋਂ ਕਿਹਾ ਕਿ ਹੋਲੋਗ੍ਰਾਮ ਲਾਈਵ ਹੋਇਆ ਕਰਨੇ ਆ ਉਹਦੇ ਬਾਰੇ ਤੁਸੀਂ ਕੀ ਉਹ ਮਾਤਾ ਜੀ ਇਹੀ ਦੱਸ ਸਕਦੇ ਨੇ ਕਿਉਂਕਿ ਉਹਦੇ ਬਾਰੇ ਸਾਨੂੰ ਨਹੀਂ ਨੌਲੇਜ ਹੈਗੀ ਤੁਹਾਨੂੰ ਕੀ ਲੱਗਦਾ ਵੀ ਇੱਕ ਫੀਲਿੰਗ ਆਏਗੀ ਜੋ ਸਿੱਧੂ ਦੀ ਹੁੰਦੀ ਰਹੀ ਮੌਜੂਦਾ ਸਮੇਂ ਦੇ ਵਿੱਚ ਜੀ ਸਿੱਧੂ ਦਾ ਫੀਲ ਹੋਏਗਾ ਲੋਕਾਂ ਨੂੰ ਜਿੱਦਾਂ ਹੋਲੋਗ੍ਰਾਮ ਲਾਈਵ ਦੇ ਥਰੂ ਹੋਏਗਾ ਬਿਲਕੁਲ ਬਿਲਕੁਲ ਉਹਦੇ 'ਚ ਤਾਂ ਸਾਕਸ਼ਾਤ ਐਂ ਲੱਗੂਗਾ ਕਿ ਸਿੱਧੂ ਹੀ ਖੜਾ ਹੈ ਬਿਲਕੁਲ ਹਰ ਇੱਕ ਬੰਦਾ ਇਨਸਾਫ ਚਾਹੁੰਦਾ ਜਿਹੜਾ ਉਹਦਾ ਫੈਨ ਸੀਗਾ ਸ਼ੁਭਦੀਪ ਦਾ ਤੇ ਜੋ ਜਿਹਨੇ ਉਦੋਂ ਨਹੀਂ ਵੀ ਸੁਣਿਆ ਸੀ ਉਹਦੇ ਜਾਣ ਤੋਂ ਬਾਅਦ ਉਹਦੇ ਨਾਲ ਬਹੁਤ ਲੋਕ ਕਨੈਕਟ ਹੋ ਗਏ ਨੇ ਉਹ ਸ਼ਖਸੀਅਤ ਕੀ ਸੀਗੀ ਉਹਦੇ ਜਾਣ ਤੋਂ ਬਾਅਦ ਸਾਰਿਆਂ ਨੂੰ ਚਾਨਣਾ ਹੋਇਆ ਕਿ ਉਹ ਸ਼ਖਸੀਅਤ ਕੀ ਸੀਗੀ ਔਰ ਉਹ ਕੀ ਕਰ ਸਕਦਾ ਸੀਗਾ ਸੋ ਬਹੁਤ ਵੱਡਾ ਲੋਸ ਹੈਗਾ ਉਹਦੇ ਇਨਸਾਫ ਦੀ ਮੰਗ ਲਈ ਆ ਸਾਰੇ ਇਕੱਠੇ ਹੋਏ ਤਕਰੀਬਨ ਸਾਲ ਦੇ ਕਰੀਬ ਹੋ ਚੱਲਿਆ ਪਰ ਫਿਰ ਵੀ ਜਿਹੜਾ ਪਰਿਵਾਰ ਹੈਗਾ ਕਦੀ ਸੜਕਾਂ ਤੇ ਬੈਠ ਰਿਹਾ ਕਦੀ ਕਿਤੇ ਗੁਹਾਰ ਲਗਾ ਇਹਦੇ ਬਾਰੇ ਹੁਣ ਕੀ ਗਈ ਹੈ ਮਾੜੇ ਸਿਸਟਮ ਦੀ ਨਿਸ਼ਾਨੀ ਹੈ ਜੀ ਹੋਰ ਤਾਂ ਕੁਛ ਹੋਲੋਗ੍ਰਾਮ ਮਾਤਾ ਹੁਣਾਂ ਵੱਲੋਂ ਕਿਹਾ ਕਿ ਹੋਲੋਗ੍ਰਾਮ ਲਾਈਵ ਹੋਇਆ ਕਰਨੇ ਆ ਉਹਦੇ ਬਾਰੇ ਤੁਸੀਂ ਕੀ ਉਹ ਮਾਤਾ ਜੀ ਇਹੀ ਦੱਸ ਸਕਦੇ ਨੇ ਕਿਉਂਕਿ ਉਹਦੇ ਬਾਰੇ ਸਾਨੂੰ ਨਹੀਂ ਨੌਲੇਜ ਹੈਗੀ ਤੁਹਾਨੂੰ ਕੀ ਲੱਗਦਾ ਵੀ ਇੱਕ ਫੀਲਿੰਗ ਆਏਗੀ ਜੋ ਸਿੱਧੂ ਦੀ ਹੁੰਦੀ ਰਹੀ ਮੌਜੂਦਾ ਸਮੇਂ ਦੇ ਵਿੱਚ ਜੀ ਸਿੱਧੂ ਦਾ ਫੀਲ ਹੋਏਗਾ ਲੋਕਾਂ ਨੂੰ ਜਿੱਦਾਂ ਹੋਲੋਗ੍ਰਾਮ ਲਾਈਵ ਦੇ ਥਰੂ ਹੋਏਗਾ ਬਿਲਕੁਲ ਬਿਲਕੁਲ ਉਹਦੇ 'ਚ ਤਾਂ ਸਾਕਸ਼ਾਤ ਐਂ ਲੱਗੂਗਾ ਕਿ ਸਿੱਧੂ ਹੀ ਖੜਾ ਹੈ ਬਿਲਕੁਲ ਤਾਂ ਬਿਲਕੁਲ ਇਹ ਪੰਜਾਬੀ ਗਾਇਕ ਰੁਪਿੰਦਰ ਹੰਡਾ ਜੋ ਇੱਥੇ ਪਹੁੰਚੇ ਹੋਏ ਸੀ ਅੱਜ ਵਰਸੀ ਸਮਾਗਮ ਹੈ ਸਿੱਧੂ ਮੂਸੇਵਾਲਾ ਦਾ ਪਹਿਲੀ ਵਰਸੀ ਹੈ ਅੱਜ ਅਤੇ ਉੱਥੇ ਸਮਾਗਮ ਚੱਲ ਰਹੇ ਹੈ ਤਾਂ ਹਰ ਇੱਕ ਸ਼ਿਰਕਤ ਕਰਨ ਦੇ ਲਈ ਆਪਣੀ ਹਾਜ਼ਰੀ ਨਤਮਸਤਕ ਹੋਣ ਦੇ ਲਈ ਇੱਥੇ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਿਹਾ ਜਿਵੇਂ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਨਸਾਫ਼ ਨੂੰ ਸਮਾਂ ਕਾਫੀ ਹੋ ਚੁੱਕਿਆ ਇਨਸਾਫ਼ ਦੇ ਲਈ ਹਰ ਇੱਕ ਪਰਿਵਾਰ ਜਿਹੜਾ ਹੈ ਉਹ ਹਰ ਦਰ ਦਰ ਦੇ ਉੱਪਰ ਜਾ ਰਿਹਾ ਪਰ ਹਾਲੇ ਤੱਕ ਵੀ ਇਨਸਾਫ਼ ਨਹੀਂ ਮਿਲਿਆ ਤਾਂ ਅੱਜ ਪਰਿਵਾਰ ਵੀ ਇੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚ ਰਹੇ ਆ ਬਰਸੀ ਪਹਿਲੀ ਹੈ ਪਹਿਲਾ ਸਮਾਗਮ ਹੈ ਬਰਸੀ ਦਾ ਔਰ ਇਸ ਤੋਂ ਪਹਿਲਾਂ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਪਿਛਲੇ ਸਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ 19 ਮਾਰਚ ਦਾ ਤਾਂ ਦਿਨ ਤੈਅ ਕੀਤਾ ਗਿਆ ਕਿਉਂਕਿ ਇਸ ਸਮੇਂ ਜਿਹੜਾ ਮੌਸਮ ਅਤੇ ਜੋ ਲੋਕਾਂ ਦੇ ਇਸ ਸਮੇਂ ਜੋ ਖੇਤੀ ਦੇ ਨਾਲ ਜੁੜੇ ਹੁੰਦੇ ਉਹ ਇਸ ਸੀਜ਼ਨ ਦੇ ਵਿੱਚ ਫ੍ਰੀ ਹੁੰਦੇ ਨੇ ਇਸ ਕਰਕੇ 29 ਮਈ ਨੂੰ ਜ਼ਿਆਦਾ ਗਰਮੀ ਹੋਣ ਦੇ ਕਾਰਨ ਰਸ਼ ਬਹੁਤ ਜ਼ਿਆਦਾ ਹੁੰਦਾ ਅਤੇ ਇਸ ਕਰਕੇ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਜਿਹੜੇ ਆ ਪੁਖਤਾ ਨਹੀਂ ਕੀਤੇ ਜਾ ਸਕਦੇ ਗਰਮੀ ਦੇ ਵਿੱਚ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 19 ਮਾਰਚ ਦਾ ਦਿਨ ਰੱਖਿਆ ਹੋਇਆ ਸੀ ਤਾਂ ਅੱਜ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਵੀ ਇੱਥੇ ਪਹੁੰਚੇ ਹੈ ਨਤਮਸਤਕ ਹੋਏ ਹੈ ਇਨਸਾਫ਼ ਦੀ ਉਹਨਾਂ ਨੇ ਵੀ ਇੱਕ ਵਾਰ ਗੁਹਾਰ ਲਗਾਈ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਾਲਾ ਦਾ ਖਾਲਸ TV ਮਾਨਸਾ।